ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਗੱਗੀ ਜਹਾਂਗੀਰ ਵਾਲਾ। ਕਿਹਨਾਂ ਕਿਹਨਾਂ ਨੇ ਸਾਡੇ ਯੂਟੀਊਬ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਪਲੀਜ਼ ਯੂਟੀਊਬ ਚੈਨਲ ਸਬਸਕ੍ਰਾਈਬ ਕਰਨ ਅਤੇ ਨਾਲ ਹੀ ਬਿੱਲ ਦੇ ਆਈਕੋਨ 'ਤੇ ਕਲਿੱਕ ਕਰਕੇ ਸਾਡੀ ਨਿਊ ਵੀਡੀਓ ਦੀ ਨੋਟੀਫਿਕੇਸ਼ਨ ਪਾ ਸਕਦੇ ਹਨ। ਇੰਜੋਏ ਕਰੋ ਜੱਗੀ ਚਿੱਟੀ ਵਾਲੇ ਇਹ ਨਿਊ ਜੱਫੇ। ਲਾਲਾ ਅਬੈਦੁੱਲਾ ਨੌਜਵਾਨ ਕਬੱਡੀ ਪਾਉਣ ਦੇ, ਲਾਲਾ ਬੜਾ ਠਰੰਮੇ ਨਾਲ ਖੇਡਦਾ, ਬਹੁਤ ਜੀਦਾਰੀ ਨਾਲ, ਆਤਮ ਵਿਸ਼ਵਾਸ ਨਾਲ ਖੇਡਦਾ। ਸੋ ਕਬੱਡੀ ਖੇਡ ਦੇ ਚਾਰ ਸਲੀਕੇ, ਫੁਰਤੀ, ਦਾ, ਦਲੇਰੀ, ਜ਼ੋਰ, ਜਿਹਨੂੰ ਚਾਰੇ ਆ ਗਏ ਯਾਰ ਉਹ ਬਣਦਾ ਕਲਹਿਰੀ ਮੋਰ। ਸੋ ਚਾਰ ਇਹ ਖੂਬੀਆਂ, ਪਰ ਮਾਲਕ ਦੀ ਕਿਰਪਾ ਚਾਹੀਦੀ, ਮਿਹਨਤ ਹਰ ਕੋਈ ਕਰਦਾ। ਸੋ ਚਿੱਟੀ ਵਾਲਾ ਜੱਗਾ ਮੈਦਾਨ ਦੇ ਅੰਦਰ ਪੂਰੀ ਕੋਸ਼ਿਸ਼ ਕਰ ਰਿਹਾ ਰੱਖ ਲੈਣ ਦੀ, ਔਰ ਖੁੱਚ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵਿੱਚ। ਢਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ, ਲਓ ਚਿੱਟੀ ਵਾਲਾ ਮੈਦਾਨ ਦੇ ਅੰਦਰ ਆਓ। ਬਹੁਤ ਵਧੀਆ, ਪਿਆਰਾ ਜਿਹਾ ਜੱਫਾ ਲਾ ਕੇ ਫੜਦਾ ਜੀ ਮੁੰਡਾ, ਲਓ ਕੇ ਇੱਕ ਜ਼ੋਰ ਨਾਲ। ਦੋਸਤੋ ਕਿਹਨੇ ਰੇਡਰ ਥੰਮਣੇ, ਗੁਲਾਮ ਅਬਾਸ ਬੜਤੇ, ਹੰਬਾਦ, ਜੰਵੇਦ, ਜੰਜੂਆ ਦੁਨੀਆ ਉੱਤੇ ਮੁੜ ਮੁੜ ਕੇ ਨਹੀਂ ਜੰਮਣੇ, ਨਿਤ ਨਿਤ ਨੇ ਇਹੋ ਜਿਹੇ ਖਿਡਾਰੀ ਜੰਮਦੇ। ਸੋ ਇਹ ਸਮਾਂ ਉਹ ਘੜੀ ਸੁਲੱਖਣੀ ਹੁੰਦੀ ਹੈ। ਸੋ ਉਹ ਭਾਗਾਂ ਵਾਲੀਆਂ ਮਾਵਾਂ ਨੇ ਜਿਨ੍ਹਾਂ ਦੀਆਂ ਕੁੱਖੋਂ ਇਹੋ ਜਿਹੇ ਪੁੱਤਰ ਪੈਦਾ ਹੁੰਦੇ ਨੇ, ਮੰਗੀ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਲਓ ਬੱਗੇ ਪਿੰਡੀਆ ਦੁਨੀਆਂ ਦਾ ਕਿੰਗ ਕਬੱਡੀ ਦਾ ਖਿਡਾਰੀ, ਕੋਸ਼ਿਸ਼ ਕਰ ਰਿਹਾ ਬਹੁਤ ਸ਼ਾਨਦਾਰ ਜੱਫਾ ਲਾਉਣ ਦੀ। ਸੋ ਸੰਘਾ ਪਰਿਵਾਰ ਦਾ ਇਹ ਨੌਜਵਾਨ ਮੰਗਤ ਸਿੰਘ ਮੰਗੀ, ਬੱਗੇ ਪਿੰਡੀਆ ਕੋਈ ਨੇ। ਸੋ ਤੁਸੀਂ ਵੀ ਅਕਸਰ ਵੀਡੀਓ ਦੇਖੀਆਂ ਜੀ, ਕੀ ਕਹਿਣਾ ਚਾਹੋਗੇ ਖੁਸ਼ੀ ਬਾਰੇ ਜੀ? ਭਾਜੀ ਮੈਂ ਦੋ ਜਾਫੀਆਂ ਲਈ ਕਰੂੰਗਾ ਇਸ ਸਾਲ ਜਿਹੜੀ ਆ, ਇੱਕ ਖੁਸ਼ੀ ਤੇ ਇੱਕ ਪਾਲਾ ਜਲਾਲਪੁਰੀ ਆ। ਇਹਨਾਂ ਦੇ ਫੈਨ ਬਹੁਤ ਹੈ ਜੀ, ਸਾਨੂੰ ਵੀ ਬੜੇ ਪੇਜ ਤੇ ਮੈਸੇਜ ਤੇ, ਸਾਨੂੰ ਫੋਨਾਂ ਤੇ ਮੈਸੇਜ ਤੇ ਬਹੁਤ ਮੈਸੇਜ ਆਉਂਦੇ ਰਹਿੰਦੇ ਜੀ। ਬਹੁਤ ਫੈਨ ਹੈ ਜੀ ਖੁਸ਼ੀ ਦੇ, ਨੋ ਡਾਊਟ। ਬਹੁਤ ਤਕੜਾ ਜਾਫੀ ਆ ਜੀ, ਉਧਰ ਲਾਤਾ ਜੀ ਮੰਗੀ ਨੇ, ਮੰਗੀ ਨੇ ਜੀ ਜੱਫਾ ਲਾਤਾ ਆ। ਸੋ ਜਲਾਲਪੁਰੀ ਪਾਲੇ ਦਾ ਜ਼ਿਕਰ ਹੋਇਆ, ਸੋ ਦੱਸ ਦਈਏ ਕਬੱਡੀ ਦੇ ਇਸ ਸਮੇਂ ਮੈਦਾਨ ਦੇ ਅੰਦਰ ਰੁੜਕੀ ਦੀ ਧਰਤੀ, ਰੁੜਕੀ ਦੇ ਕਿਹੜੇ ਕਿਹੜੇ ਪਲੇਅਰ ਨਾਲ ਮੈਚ ਖੇਡੇ? ਜੀਤੀ ਕੂਨਰ ਨਾਲ ਤਾਂ ਤੁਸੀਂ ਖੇਡੇ ਹੋਵੋਗੇ ਭਾਜੀ। ਤਕਰੀਬਨ ਰੁੜਕੀ ਦੇ ਜਿੰਨੇ ਪਲੇਅਰ ਹੋਏ ਆ 1995 ਤੋਂ ਲੈ ਕੇ ਮੈਂ ਸਾਰਿਆਂ ਨਾਲ ਹੀ ਖੇਡਿਆ, ਉਹਨਾਂ ਤੋਂ ਪਹਿਲਾਂ ਜਿਹੜੇ ਇੰਟਰਨੈਸ਼ਨਲ ਨਹੀਂ ਵੀ ਹੋਏ, ਕਿਉਂਕਿ ਉੱਥੇ ਹੀ ਰਹਿ ਗਏ ਮੁੰਡੇ ਕਾਫੀ। ਲਖਵਿੰਦਰ ਬਾਰੂ ਰੁੜਕੀ ਵਾਲਾ, ਤਿੰਨ ਖਿਡਾਰੀ ਜੀ ਬੜੇ ਤੇਜ਼ ਹੋਏ ਤੁਹਾਡੇ ਦੌਰ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ। ਇੱਕ ਮਾਨੀ ਗਾਖਲ, ਕਿੰਦਾ ਬਿਹਾਰੀਪੁਰੀਆ ਤੇ ਤੋਚੀ ਕਾਲਾ ਸਿੰਘ ਆ, ਇਹ ਤੇਜ਼ ਖਿਡਾਰੀਆਂ ਦੇ ਬਾਰੇ ਕੀ ਕਹਿਣਾ ਚਾਹੋਗੇ? ਤੇਜ਼ ਇਹੋ ਜਿਹੇ ਖਿਡਾਰੀ ਹੋਏ ਆ ਜੀ, ਜਦੋਂ ਸਟੋਰੀ ਇਹ ਹੈ ਕਿ ਇੰਗਲੈਂਡ ਦੀ ਜਦੋਂ ਵੀ ਟੀਮ ਜਾਂਦੀ ਹੁੰਦੀ, ਉਹਨਾਂ ਟਾਈਮਾਂ 'ਚ ਇੰਗਲੈਂਡ ਬਹੁਤ ਤਗੜੀ ਟੀਮ ਹੁੰਦੀ ਸੀਗੀ, ਬਹੁਤ ਜ਼ਿਆਦਾ ਤਗੜੀ ਟੀਮ ਹੁੰਦੀ ਸੀ ਇੰਗਲੈਂਡ ਦੀ। ਸਭ ਤੋਂ ਪਹਿਲਾਂ ਸੁਪਰ ਸਟਾਰ ਵੀ ਨੇ, ਸਟਾਰ ਵੀ ਨੇ, ਪਰ ਲੇਕਿਨ ਸਮਾਂ ਕਿਹਦੇ ਹੱਕ ਦੇ ਵਿੱਚ ਫੈਸਲਾ ਕਰ ਜਾਂਦਾ, ਸਮਾਂ ਆਪਣੇ ਆਪ ਦੇ ਵਿੱਚ ਬਲਵਾਨ ਹੈ, ਪਰ ਕਬੱਡੀ ਤੁਹਾਡੇ ਪ੍ਰੇਮ ਦੇ ਨਾਲ ਮਹਾਨ ਬਣ ਗਈ ਦੁਨੀਆਂ ਦੇ ਵਿੱਚ। ਲਓ ਜੁੜੀਏ ਲਖਵਿੰਦਰ ਬਾਰੂ ਦੀ ਰੇਡ ਦੇ ਨਾਲ। ਸੋ ਕੌਣ ਇਹ ਹੈ ਬੱਗੇ ਪਿੰਡੀਆ ਮੈਦਾਨ ਦੇ ਅੰਦਰ ਡੱਕ ਲੈਣ ਦੀ ਕੋਸ਼ਿਸ਼ ਕਰ ਰਿਹਾ, ਦੁਨੀਆਂ ਦਾ ਕਿੰਗ ਕਬੱਡੀ ਖਿਡਾਰੀ ਬੱਗੇ ਪਿੰਡੀਆ ਮੰਗੀ, ਇੱਕ ਜ਼ੋਰ ਨਾਲ ਜੱਫਾ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਬਹੁਤ ਸ਼ਾਨਦਾਰ ਮੁਕਾਬਲਾ, ਇੱਕ ਪਾਸੇ ਸੁਪਰ ਸਟਾਰ ਹੈ ਔਰ ਦੂਸਰੇ ਪਾਸੇ ਚੜ੍ਹਦੀ ਜਵਰੇਸ ਦਾ ਸਟਾਰ ਕਬੱਡੀ ਖਿਡਾਰੀ ਬਣੂ ਆਉਣ ਵਾਲੇ ਸਮਿਆਂ ਦੇ ਵਿੱਚ। ਲਾਓ ਬੱਗੇ ਪਿੰਡੀਆ ਮੰਗੀ, ਬਹੁਤ ਵਧੀਆ ਨੌਜਵਾਨ ਪੁਆਇੰਟ ਜੋੜਦਾ। ਮੰਗੀ ਨੂੰ ਵੀ ਕਾਫੀ ਸਾਲ ਹੋ ਗਏ ਜੀ ਖੇਡਦੇ ਆ, ਸੋ ਸਟਾਰ ਕੋਈ ਬਣ ਜਾਂਦਾ ਸੁਪਰ ਸਟਾਰ ਆਉਂਦਾ ਵੀ ਆ। ਇਹੋ ਜਿਹੇ ਪਲੇਅਰ ਜਿਹੜੇ ਆ ਜਿਹੜੇ ਖੜਾ ਸਕਦੇ ਆ ਟੀਮ ਨੂੰ, ਬਹੁਤ ਘੱਟ ਹੁੰਦੇ ਆ ਟੀਮ ਦੇ ਵਿੱਚ, ਇੱਕ ਜਾਂ ਦੋ ਮਸੀ ਆਉਂਦੇ ਆ, ਕਿਤੇ 100 ਦੇ ਵਿੱਚੋਂ 2-4-5 ਪਲੇਅਰ ਹੁੰਦੇ ਆ ਜੀ, ਉਹਨਾਂ ਚੋਂ ਮੰਗੀ ਆ। ਸੋ ਲੰਮਾ ਖੇਡਣ ਦਾ ਕਾਰਨ ਵੀ ਇਹ ਹੈ, ਇੱਕ ਤਾਂ ਆਪਣੇ ਆਪ ਦੀ ਮਿਹਨਤ ਬਹੁਤ ਤੁਹਾਨੂੰ ਕਰਨੀ ਪੈਂਦੀ ਹੈ, ਜਿਹੜੀ ਕਿ ਆਲਰੇਡੀ ਮੰਗੀ ਕਰਦਾ ਜੀ, ਮਿਹਨਤ ਬਹੁਤ ਹਾਰਡ, ਹੁਣ ਸਰੀਰ ਵੀ ਤੁਸੀਂ ਉਹਦਾ ਦੇਖੋ ਪਿਛਲੇ ਸਾਲਾਂ ਨਾਲੋਂ ਵੈਰੀ ਫਿੱਟ ਆ ਜੀ ਇਸ ਸਾਲ, ਹੈ ਨਾ। ਅਤੇ ਜੱਫੇ ਵੀ ਆਪਣੇ ਦਿੰਦਾ ਜੀ, ਦੋ ਤਿੰਨ ਜੱਫੇ ਹਰ ਮੈਚ ਦੇ ਵਿੱਚ ਜਾਫੀ ਦਿੰਦਾ, ਔਰ ਵੱਡੀ ਗੱਲ ਜਿਹੜੀ ਟੀਮ ਨੂੰ ਬਹੁਤ ਵਧੀਆ ਖਿਲਾਉਂਦਾ ਜੀ, ਬਹੁਤ ਵਧੀਆ ਮਿਹਨਤੀ ਆ ਜੀ, ਮੰਗੀ ਦਾ ਕੋਈ ਜੋੜ ਨਹੀਂ ਜੀ, ਬਹੁਤ ਵਧੀਆ ਖੇਡ ਰਿਹਾ। ਵਾਕਈ ਮੰਗੀ ਦਾ ਕੋਈ ਜੋੜ ਨਹੀਂ। ਸੋ ਜੱਗੇ ਚਿੱਟੀ ਵਾਲੇ ਨੇ ਬਹੁਤ ਵਧੀਆ ਜੱਫਾ ਲਾਇਆ ਇਸ ਖਿਡਾਰੀ ਨੇ, ਸੋ ਬੜਾ ਸ਼ਾਨਦਾਰ ਜੱਫਾ ਲਾਇਆ।